ਫਿਰ ਤੋਂ ਕੁੱਤੀ ਭਕਾਈ ਕਰਕੇ ਇੰਨੀ ਅਕਲ ਮੌਤ ਨਹੀਂ ਇਹਨੂੰ ਵੀ ਸਰਦਾਰਾਂ ਦੀਆਂ ਨੂੰਹਾਂ ਤੀ ਆਏ ਜਾਂਦੀਆਂ ਸੋਹਣੀਆਂ ਲੱਗਦੀਆਂ। ਠੀਕ ਸੀ ਫਿਲਮ, ਕੋਈ ਬਾਹਲੀ ਖਾਸ ਹੀ ਵਧੀਆ ਨਹੀਂ ਸੀ ਜੀ, ਉਹਦਾ ਕੋਈ ਐਂਡ ਹੀ ਨਹੀਂ ਸੀਗਾ। ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਆਪਾਂ ਜੱਟ ਨੂੰ ਚੜੇਲ ਟੱਕਰੀ ਉਹ ਵਾਲੀ ਦੇਖਾਂਗੇ। ਕੋਈ ਨਾ ਕੱਲ ਉਹ ਦੇਖ ਆਵਾਂਗੇ। ਹਾਂਜੀ ਮੰਮੀ। ਮੈਨੂੰ ਐਂ ਦੱਸ ਪੁੱਤ, ਫਿਲਮ ਕਹੀ ਜੀ ਸੀ? ਠੀਕ ਸੀ ਮੰਮੀ, ਕੁਝ ਖਾਸ ਨਹੀਂ ਸੀ। ਹਾਂ ਬੇਬੇ, ਉਹੀ ਟਾਈਮ ਜਿਹਾ ਖਰਾਬ ਹੋ ਗਿਆ ਅੱਜ ਤਾਂ। ਹੋਰ ਮੰਮੀ, ਮੈਂ ਤੁਹਾਨੂੰ ਐਂ ਕਹਿੰਦੀ ਸੀ, ਮੈਂ ਨਾ ਬਹੁਤ ਜ਼ਿਆਦਾ ਥੱਕ ਗਈ, ਮੇਰਾ ਨਾ ਸਿਰ ਵੀ ਬਹੁਤ ਦੁਖੀ ਹੁੰਦਾ, ਕਹਿ ਕੇ ਚਾਹ ਬਣਵਾ ਦੋ ਜਾਂ ਫਿਰ ਤੁਸੀਂ ਆਪ ਬਣਾ ਦੋ। ਕੋਈ ਨਹੀਂ, ਮੈਂ ਉਹਨੂੰ ਕਹਿ ਕੇ ਬਣਵਾ ਦਿੰਦੀ ਹਾਂ ਪੁੱਤ ਚਾਹ। ਲਿਆਉਣਾ ਕੀ ਆ ਤੇਰੇ ਵਾਸਤੇ? ਹੈਂ, ਇੱਧਰ ਆਏ, ਮੇਰੀ ਗੱਲ ਸੁਣ, ਇੱਧਰ ਆ, ਮੇਰੇ ਨੇੜੇ ਹੋ। ਤੈਨੂੰ ਕਿੰਨੇ ਵਾਰੀ ਸਮਝਾਇਆ ਵੀ ਜਦੋਂ ਇਹ ਕਿਤੇ ਬਾਹਰ ਜਾਣ ਜਾਂ ਬਾਹਰੋਂ ਆਉਣ ਇਹਨਾਂ ਦੇ ਮੱਥੇ ਨਾਲ ਲੱਗਿਆ ਕਰ, ਚੱਲ ਭੱਜ ਪਰੇ। ਚਲੋ ਮੰਮੀ, ਫਿਰ ਕੀ ਹੋਇਆ? ਵਿਚਾਰੀ ਨੇ ਜੇ ਪੁੱਛ ਲਿਆ ਫਿਰ ਕੀ ਹੋ ਗਿਆ? ਤੈਨੂੰ ਨੀ ਪੁੱਤ ਪਤਾ, ਮੈਨੂੰ ਨੀ ਲੱਗਦੀ ਇਹ ਚੰਗੀ ਨਿਭਾਗ। ਚਲੋ ਕੋਈ ਨਾ ਮੰਮੀ, ਮੈਂ ਰੈਸਟ ਕਰ ਰਹੀ ਹਾਂ ਅੰਦਰ, ਚਾਹ ਰੂਮ ਚ ਹੀ ਲਿਆ। ਹਾਂ ਪੁੱਤ, ਮੈਂ ਭੇਜਦੀ ਹਾਂ, ਆਰਾਮ ਕਰ ਲੈ। ਇਹਨੂੰ ਬੋਲਣ ਦੀ ਬਜਾਏ ਇਹਦੀ ਮਾਂ ਨੂੰ ਬੋਲਿਆ ਕਰ, ਉਹ ਸਮਝਾਵੇ ਉਹ ਕੀ ਕਰਦੀ ਹੈ। ਮੈਨੂੰ ਤਾਂ ਮਾਵਾਂ ਧੀਆਂ ਨਾ ਦੋਨੇ ਜ਼ਹਿਰ ਵਰਗੀਆਂ ਲੱਗਦੀਆਂ ਨੇ। ਲੱਗਦੀਆਂ ਨਾਲੇ, ਤੂੰ ਮੇਰੀ ਗੱਲ ਸੁਣ, ਤੂੰ ਇਹਦੇ ਮਗਰ ਇੰਨਾ ਕਾਹਤੋਂ ਲੱਗਿਆ ਫਿਰਦਾ? ਮਾੜਾ ਮੋਟਾ ਇਹਨੂੰ ਕਿਹਾ ਕਰ ਵੀ ਆਏ ਨਹੀਂ ਜਾਂਦੇ ਹੁੰਦੇ ਬਾਹਰੇ, ਉਹਦੀ ਲੈ ਦੱਸ ਕਦੇ ਫਿਲਮ ਦੇਖਣ ਲੈ ਗਿਆ ਕਦੇ ਕਿਤੇ ਲੈ ਗਿਆ। ਉਹ ਬੇਬੇ ਨਵੇਂ ਜ਼ਮਾਨੇ ਦੀ ਹੈ, ਤੈਨੂੰ ਕੀ ਪਤਾ, ਤੇਰੇ ਕੋਲ ਉਹੀ ਪੁਰਾਣੀਆਂ ਗੱਲਾਂ, ਉਹ ਅੱਜ ਕੱਲ੍ਹ ਦੀਆਂ ਸਾਰੀਆਂ ਦੇਖਦੀਆਂ। ਨਾਲੇ ਅਸੀਂ ਕਿਹੜਾ ਉੱਥੇ ਇਕੱਲੇ ਸੀਗੇ, ਉਹ ਪਤਾ ਕਿੰਨੇ ਵਿਆਹੇ ਵਰੇ ਜੋੜੇ ਕੋਲੋਂ ਦੇਖਣ ਆਏ ਹੋਏ ਸੀ। ਨਾ ਜਦੋਂ ਆਪਾਂ ਮਨਿੰਦਰ ਨੂੰ ਵਿਆਹ ਕੇ ਲਿਆਈ ਸੀ, ਇਹਨੇ ਤਾਂ ਕਦੇ ਆ ਲੱਛਣ ਕੀਤੇ ਨਹੀਂ ਸੀ ਵੀ ਮੈਂ ਫਿਲਮ ਦੇਖਣ ਜਾਣੀ ਆ, ਨਾ ਕਦੇ ਮੈਂ ਗਈ ਸੀ। ਇਹ ਹੁਣ ਅਲੋਕਾਰਾ ਹੀ ਪਾੜ ਲਿਆ ਤੁਸੀਂ ਕੰਮ। ਬੇਬੇ ਫਿਰ ਗੱਲ ਸੁਣ ਮੇਰੀ, ਠੀਕ ਹੈ, ਜੇ ਉਹਨੂੰ ਵਿਆਹ ਕੇ ਲੈ ਕੇ ਆਏ ਸੀ, ਉਹ ਘਰ ਦਾ ਵਾਰਸ ਦੇ ਤਾ ਉਹਨੇ ਆਪਾਂ ਨੂੰ, ਨਹੀਂ ਦਿੱਤਾ ਨਾ, ਉਹ ਜੇ ਆਪਾਂ ਇਹਦੀਆਂ ਡਿਮਾਂਡਾਂ ਪੂਰੀਆਂ ਕਰਾਂਗੇ ਇਹ ਖੁਸ਼ ਰਹੂਗੀ। ਕਹਿੰਦੇ ਹੁੰਦੇ ਜੇ ਜਨਾਨੀ ਖੁਸ਼ ਹੈ ਨਾ ਤਾਂ ਘਰ ਵਿੱਚ ਫਿਰ ਹੀ ਖੁਸ਼ੀਆਂ ਆਉਂਦੀਆਂ ਨੇ, ਤਾਂ ਕਰਕੇ ਕਹਿੰਦਾ ਜਿੰਨੀਆਂ ਡਿਮਾਂਡਾਂ ਕਰਦੀ ਉਹਨੀਆਂ ਮੈਨੂੰ ਪੂਰੀਆਂ ਕਰੀ ਜਾਣ ਦੇ। ਚੱਲ ਬਸ, ਤੂੰ ਕਿਹੜਾ ਮੇਰੀ ਕੋਈ ਗੱਲ ਮੰਨਣੀ ਹੈ, ਐਵੇਂ ਉਹਦੀ ਵਕਾਲਤ ਕਰਕੇ ਬਹਿ ਜਾਂਦਾ ਹੈਗਾ। ਹਾਂ ਮੈਂ ਕੀ ਲੈਣਾ, ਤੇਰੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੇਗਾ ਭਾਈ। ਮੈਂ ਤਾਂ ਘਰ ਮਸਾਂ ਜੋੜ ਜੋੜ ਕੇ ਇੱਥੇ ਤੱਕ ਲਿਆਂਦਾ ਸੀ, ਇਹ ਹੁਣ ਪੱਤੇ ਚੱਟ ਆ ਗਈ, ਹੁਣ ਉਜਾੜ ਦੂ ਸਾਰਾ ਕੁਛ। ਉਹ ਟੈਨਸ਼ਨ ਕਿਉਂ ਲੈਣੀ ਹੈ ਬੇਬੇ, ਜਦੋਂ ਮੈਂ ਬੈਠਾ ਮੈਂ ਆਪੇ ਕਮਾਊਂਗਾ, ਮੈਨੂੰ ਮੇਰੇ ਘਰ ਦਾ ਵਾਰਸ ਚਾਹੀਦਾ, ਉਹ ਮਿਲ ਜਾਂਦੇ ਉਦੋਂ ਬਾਅਦ ਆਪੇ ਹਿਸਾਬ 'ਚ ਕਰ ਲੂੰਗਾ ਗੱਲ। ਮੈਂ ਬੇ ਪੁੱਤ, ਮੈਂ ਤੇਰੀ ਦੁਸ਼ਮਣ ਨਹੀਂ, ਤੇਰੀ ਮਾਂ ਹੈ, ਤੀਵੀਂ ਨੂੰ ਤਾਂ ਖਿੱਚ ਕੇ ਰੱਖੀਦਾ ਹੁੰਦਾ। ਕੋਈ ਨਾ, ਫਿਰ ਖਿੱਚ ਲੂੰਗਾ, ਕੋਈ ਬੰਦੇ ਨੂੰ ਆਏ ਨੂੰ ਚਾਹ ਪਾਣੀ ਤਾਂ ਪੁੱਛ ਲਿਆ ਕਰੋ, ਉਹ ਮਹਾਰਾਣੀ ਕਿੱਥੇ ਹੈਗੀ, ਕਿੱਥੇ ਬੈਠੀ ਹੈਗੀ। ਕੋਈ ਨਹੀਂ, ਜਾ ਤੂੰ ਵੀ ਆਰਾਮ ਕਰ, ਕਹਿੰਦੀ ਹਾਂ ਮੈਂ ਉਹਨੂੰ ਬਣਾ ਦਿੰਦੀ ਹੈ ਚਾਹ। ਆਰਾਮ ਕਰਨ ਵਾਲੇ ਨਾ ਕਰ, ਕੋਈ ਬੰਦਾ ਆਇਆ ਬਾਹਰੋਂ ਪਤਾ ਨਹੀਂ ਲੱਗਦਾ, ਤੂੰ ਵੀ ਇੱਧਰੋਂ ਮੰਜੇ 'ਤੇ ਚੜ੍ਹੀ ਬੈਠੀ ਹੈ, ਉਹ ਪਤਾ ਨਹੀਂ ਕਿੱਥੇ, ਉਹਨੂੰ ਕਹਿ ਆ ਕੇ, ਠੀਕ ਹੈ, ਨਾ ਉਹਦੀ ਸੇਵਾ ਨਾ ਕਰੂਗੀ ਤਾਂ ਉਹਨੇ ਮੂੰਹ ਬਣਾ ਲਿਆ, ਫਿਰ ਦੱਸ ਕੀ ਕਰਾਂਗੇ। ਨਾ ਮੈਨੂੰ ਐਂ ਦੱਸ, ਬਾਹਰੋਂ ਭੁੱਖ ਹੀ ਆ ਗਿਆ, ਸੌ ਕੁਛ ਖਾ ਕੇ ਆਏ ਹੋਵੋਗੇ ਉੱਥੋਂ? ਚੰਗਾ ਬੇਬੇ, ਪਤਾ ਨਹੀਂ ਤੁਸੀਂ ਤਾਂ ਕੀ ਸੋਚਦੀਆਂ ਰਹਿਣ, ਪਤਾ ਨਹੀਂ ਇਹਨੂੰ ਅਕਲ ਕਦੋਂ ਆਊਗੀ ਵੀ ਤੀਵੀਆਂ ਨੂੰ ਇੰਨਾ ਨਹੀਂ ਚੰਬੜਾਈਦਾ ਹੁੰਦਾ, ਪਰ ਇਹ ਕਾਹਨੂੰ ਸੁਣਦਾ ਮੇਰੀ ਗੱਲ, ਮਗਰੋਂ ਔਖਾ ਹੋਊਗਾ। ਵਾਹ ਮਹਾਰਾਣੀ, ਕਿਵੇਂ ਘੋੜੇ ਵੇਚ ਕੇ ਸੁੱਤੀ ਪਈ ਹੈ, ਨੀ ਕੁੜੀਏ? ਹਾਂਜੀ ਮੰਮੀ। ਨਾ ਤੈਨੂੰ ਸ਼ਰਮ ਨਹੀਂ ਆਉਂਦੀ? ਹਾਂਜੀ ਦੀ ਲੱਗਦੀ ਹੈ, ਉਹ ਤੇਰੇ ਖਸਮ ਨੂੰ ਕਿਹੜਾ ਵੇਲਾ ਹੋ ਗਿਆ ਇਹਨੂੰ, ਚਾਹ ਦੀ ਘੁੱਟ ਬਣਾ ਦੇ। ਮੰਮੀ ਬਣਾ ਦਿੰਦੀ ਹੈ ਚਾਹ, ਤਾਂ ਪਤਾ ਹੀ ਲੱਗਿਆ ਨੀਂਦ ਆ ਗਈ ਇਕਦਮ। ਹਾਂ ਤੈਨੂੰ ਤਾਂ ਨੀਂਦਾਂ ਹੀ ਚੜ ਜਾਂਦੀਆਂ ਗੂੜੀਆਂ, ਐਡਾ ਪਤਾ ਨਹੀਂ ਕਿ ਪਹਾੜੋਂ ਪੱਥਰ ਲਿਆਉਂਦੀ ਹੈ ਜਿਹੜਾ ਇਹਨੂੰ ਸੁਰਤ ਨਹੀਂ ਰਹਿੰਦੀ। ਇੱਕ ਤਾਂ ਮੈਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਹਾਂ ਤਾਂ ਸਰੀਰ ਥੱਕ ਜਾਂਦਾ। ਨਹੀਂ ਕੰਮ ਸਾਰੀ ਦੁਨੀਆ ਹੀ ਕਰਦੀ ਹੈ,
ਤੂੰ ਕੋਈ ਕੱਲੀ ਨਹੀਂ ਕਰਦੀ, ਹੁਣ ਬਾਲਾ ਨਾ ਮੇਰੇ ਨਾਲ ਪਕਾਈ ਨਾ ਮਾਰ, ਮੇਰਾ ਵੀ ਸਿਰ ਦੁਖੀ ਜਾਂਦਾ, ਜਾਂ ਚਾਹ ਦੀ ਘੁੱਟ ਬਣਾ ਲਾ। ਮੰਮੀ ਤੁਸੀਂ ਬਣਾ ਦਿਓ, ਸੱਚੀ ਮੇਰੇ ਦਰਦ ਜਿਹਾ ਹੋਈ ਜਾਂਦਾ। ਅੱਛਾ ਹੁਣ ਮੈਂ ਤੇਰੇ ਮੂਹਰੇ ਨੌਕਰ ਨਹੀਂ ਲੱਗ ਜਾ, ਚੁੱਪ ਕਰਕੇ ਚਾਹ ਬਣਾ ਲਾ। ਬਣਾ ਦਿੰਦੀ ਹਾਂ ਮੰਮੀ ਚਾਹ, ਛੇਤੀ ਬਣਾ ਲਈ ਨਾਲੇ। ਮਹਾਰਾਣੀ ਅੱਗੇ ਮੰਮੀ ਚਾਹ ਤੂੰ ਬਣਾ ਲਾ, ਮੇਰੀ ਬਣੀ ਵੀ ਪੀ ਤੂੰ। ਹੁਣ ਤਾਂ ਨਾ ਖੜ ਕੇ ਜਮੇ ਕੰਮ ਨਹੀਂ ਹੁੰਦਾ, ਚੱਲ ਬਹਿ ਕੇ ਕੱਟ ਦਿੰਦੀ ਫਰੂਟ ਜਾਂ, ਮੰਮੀ ਵੀ ਨਾ ਲੜੇ। ਕੀ ਕਰਾਂ, ਕੰਮ ਕੀਤੇ ਬਿਨਾਂ ਵੀ ਨਹੀਂ ਸਰਦਾ ਅਤੇ ਕੰਮ ਹੁੰਦਾ ਵੀ ਨਹੀਂ। ਕੁੜੇ ਕਿਹੜਾ ਵੇਲਾ ਹੋ ਗਿਆ, ਤੈਥੋਂ ਹਲੇ ਦੋ ਸੰਤਰੇ ਨਹੀਂ ਛਿੱਲੇ ਗਏ। ਮੰਮੀ ਮੈਂ ਨਾ ਛਿੱਲੀ ਆਉਂਦੀ ਸੀ, ਉਹ ਖੜ ਕੇ ਮੇਰੇ ਤੋਂ ਛਿੱਲੇ ਨਹੀਂ ਗਏ, ਤਾਂ ਮੈਂ ਬਹਿ ਕੇ ਛਿੱਲਣ ਲੱਗ ਗਈ, ਬਸ ਆ ਇੱਕ ਰਹਿ ਗਿਆ। ਤੇਰਾ ਤਾਂ ਨਾ ਬਸ ਕੋਈ ਕੰਮ ਕਹਿਦੇ, ਦੋ ਘੰਟਿਆਂ ਤੋਂ ਪਹਿਲਾਂ ਤਾਂ ਪੂਰ ਨਹੀਂ ਚੜਾਉਣਾ ਹੁੰਦਾ, ਨਾਲੇ ਮੈਨੂੰ ਐਂ ਦੱਸ ਛਿੱਲਣ ਤੋਂ ਪਹਿਲਾਂ ਹੱਥ ਧੋ ਲਏ ਸੀ? ਹਾਂ ਹਾਂ ਮੰਮੀ, ਹੱਥ ਤਾਂ ਧੋ ਕੇ ਲੱਗੀ ਸੀ। ਚੱਲ ਐਂ ਕਰ, ਆ ਫੜਾ ਮੈਨੂੰ, ਬਾਕੀ ਦੇ ਫਿਰ ਛੇਤੀ ਛਿੱਲ ਦੇ, ਚੰਗਾ? ਹੁਣ ਇੱਥੇ ਨਾ ਬੈਠੀ ਰਹੀ। ਕੋਈ ਨਾ ਮੰਮੀ, ਤਾਂ ਕਿਸੇ ਕੰਮ 'ਚ ਨਿਸ਼ਾ ਨਹੀਂ ਤੇਰੀ ਤਾਂ। ਲੈ ਦੇਖ ਲਾ ਕਿਹ ਕਿਹੋ ਜਿਹੀ ਨਿਊਜ਼ ਆਉਂਦੀਆਂ ਨੇ, ਦੁਨੀਆਂ ਦਾ ਜਮਾ ਹੀ ਬੁਰਾ ਹਾਲ ਹੋਇਆ ਪਿਆ। ਲੈ ਦੱਸ, ਸਾਰਾ ਦਿਨ ਫੋਨ ਦਾ ਖਿਹੜਾ ਨਹੀਂ ਛੱਡਦੀ, ਇੱਕ ਤਾਂ ਇਹਨੂੰ ਕੁਛ ਕਹਿਣ ਜੋਗੀ ਵੀ ਨਹੀਂ, ਜੇ ਉਹ ਕੱਲ੍ਹ ਮੂੰਹੀ ਇਸ ਘਰ ਦਾ ਵਾਰਸ ਦੇਣ ਦੀ, ਕਿਉਂ ਇਹਦੀਆਂ ਮਿੰਨਤਾਂ ਤਰਲੇ ਕਰਨੀਆਂ ਪੈਂਦੀਆਂ। ਪੁੱਤ ਆ ਸਾਰਾ ਦਿਨ ਇੰਨਾ ਫੋਨ ਨਾ ਦੇਖਿਆ ਕਰ, ਆ ਤੇਰੀ ਨਿਗਾਹ 'ਤੇ ਅਸਰ ਪੈ ਜੂਗਾ। ਮੰਮੀ ਜੀ ਮੈਂ ਤਾਂ ਬਸ ਨਿਊਜ਼ ਦੇਖੀ ਜਾਂਦੀ ਸੀਗੀ। ਆਪਦੀ ਸਿਹਤ ਦਾ ਧਿਆਨ ਰੱਖਿਆ ਕਰ, ਆ ਲੈ ਫਰੂਟ ਖਾ। ਠੀਕ ਹੈ ਮੰਮੀ ਜੀ, ਤੁਸੀਂ ਵੀ ਖਾ ਲਓ। ਬਸ ਪੁੱਤ ਮੈਂ ਤਾਂ ਕੀ ਖਾਣੇ ਹੈਗੇ, ਨਾਲੇ ਉਹਨੂੰ ਦੇਖਾਂ ਜਾ ਕੇ ਕੱਲ੍ਹ ਮੂਹੀ ਨੂੰ, ਉਹਦਾ ਤਾਂ ਇਹ ਨਹੀਂ ਪਤਾ ਇੱਥੇ ਕੰਧ ਕੋਲ ਖੜੀ ਆਪਣੀ ਗੱਲਾਂ ਸੁਣੀ ਜਾਂਦੀ ਹੋਵੇ। ਨਾਲੇ ਕਾਸ਼ ਕਿੱਥੇ ਗਏ? ਉਹ ਨਾ ਕਿਸੇ ਫਰੈਂਡ ਕੋਲ ਗਏ ਨੇ, ਕਹਿੰਦੇ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗ ਜੂ, ਪਰ ਮੈਂ ਕਦੋਂ ਦੀ ਫੋਨ ਲਾਈ ਜਾਂਦੀ ਹਾਂ, ਫੋਨ ਹੀ ਨਹੀਂ ਚੱਕਦੇ ਮੇਰਾ, ਪਤਾ ਨਹੀਂ ਕਿੱਥੇ ਰਹਿ ਗਏ। ਚੱਲ ਕੋਈ ਨਹੀਂ ਆਜੂਗਾ, ਹਾਂ ਖਾ ਲੈ ਮੇਰਾ ਪੁੱਤ, ਚੰਗਾ ਫੋਨ ਨਾ ਦੇਖੀ ਹੁਣ ਵਾਲਾ। ਠੀਕ ਹੈ ਜੀ। ਕਿਹਦਾ ਫੋਨ ਆ ਗਿਆ? ਹੈਲੋ ਹੈਲੋ। ਲੈ ਦੱਸ, ਲੋਕ ਵੀ ਵਿਹਲੇ ਹੀ ਹੈ, ਨਾਲੇ ਫੋਨ ਕਰਨਗੇ ਫਿਰ ਬੋਲਦੇ ਨਹੀਂ, ਹੁਣ ਛੇਤੀ ਕੱਟ ਵੀ ਦਿੱਤਾ। ਚੱਲ ਜਿਹਨੂੰ ਲੋੜ ਹੋਊ ਆਪੇ ਲਾ ਲੂ। ਓਹ ਕੀ ਹੋ ਗਿਆ ਪੁੱਤ, ਧਿਆਨ ਦੇਖੀ ਦੇਖੀ ਕੀ ਹੋ ਗਿਆ ਤੈਨੂੰ? ਮੰਮੀ ਚੱਕਰ ਬਹੁਤ ਆਈ ਜਾਂਦੇ, ਮੈਨੂੰ ਘਬਰਾਹਟ ਜਿਹੀ ਵੀ ਹੋਈ ਜਾਂਦੀ ਹੈ। ਪੁੱਤ ਮੈਨੂੰ ਲੱਗਦਾ ਆਪਣੇ ਘਰੇ ਖੁਸ਼ੀਆਂ ਆਉਣ ਵਾਲੀਆਂ, ਇਹ ਤਾਂ ਚੰਗੀ ਗੱਲ ਹੈ। ਚੱਲ ਮੇਰੀ ਗੱਲ ਸੁਣ, ਤੂੰ ਅੰਦਰ ਜਾ ਕੇ ਆਰਾਮ ਕਰ ਪੁੱਤ, ਆਰਾਮ ਕਰ। ਚੱਲ ਧਿਆਨ ਨਾਲ, ਨਹੀਂ ਤੂੰ ਹੁਣ ਖੜੀ ਕੀ ਦੇਖੀ ਜਾਂਦੀ ਆ, ਪਲੇਟ ਚੱਕ ਲਾ। ਚੱਕ ਲੈਣੀ ਮੰਮੀ, ਆਪਦੇ ਆਪ ਤਾਂ ਕੋਈ ਗੱਲ ਉੜਦੀ ਨਹੀਂ, ਹੈਨਾ ਥੋਥੇ ਦਿਮਾਗ ਦੀ। ਡਰਾਮੇ ਕਰਦੀ ਹੈ। ਨਾ ਪੁੱਤ ਤੂੰ ਨਾ ਕੰਮਾਂ ਦੀ ਫਿਕਰ ਨਾ ਕਰਿਆ ਕਰ, ਕੰਮ ਮੈਂ ਆਪੇ ਕਰ ਲਿਆ ਕਰੂੰ, ਤੂੰ ਨਾ ਆਪਦੀ ਪੜ੍ਹਾਈ ਵੱਲ ਧਿਆਨ ਦੇ, ਜਾਂ ਪੜ੍ਹ ਲੈ ਅੰਦਰ ਜਾ ਕੇ। ਰੋ
ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਕਮਾਲ ਦੀ ਗੱਲ ਹੈ, ਫੋਨ ਹੀ ਚੱਕਦੇ, ਮੇਰਾ ਬਿਜ਼ੀ ਕਰੀ ਜਾਂਦੇ। ਕੋਈ ਨਾ, ਇਹਨਾਂ ਨੂੰ ਮੈਂ ਦੱਸਦੀ ਹਾਂ, ਫੋਨ ਚੱਕ ਲੈਂਦੇ ਇੱਕ ਵਾਰੀ। ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹੈ ਇਹਨਾਂ ਨੂੰ ਮੇਰੀ ਕੋਈ ਫਿਕਰ। ਮੰਮੀ, ਮੰਮੀ ਜੀ। ਹਾਂ ਪੁੱਤ, ਕੀ ਹੋ ਗਿਆ, ਆਵਾਜ਼ਾਂ ਮਾਰੀ ਜਾਂਦੀ ਹੈ। ਗੱਲ ਤਾਂ ਐਵੇਂ ਹੈ, ਆਕਾਸ਼ ਫੋਨ ਨਹੀਂ ਚੱਕ ਰਹੇ ਹੈਗੇ, ਕਿੱਥੇ ਗਏ ਨੇ ਉਹ, ਇੰਨਾ ਟਾਈਮ ਹੋ ਗਿਆ। ਚੱਲ ਕੋਈ ਨਾ ਪੁੱਤ, ਆਉਂਦੇ ਹੀ ਹੋਣਾ, ਕੋਈ ਨਾ, ਇੰਨਾ ਨਾ ਘਬਰਾਇਆ ਕਰ ਤੂੰ। ਘਬਰਾਹਟ ਤਾਂ ਹੁੰਦੀ ਹੈ ਮੰਮੀ, ਨਾਲੇ ਤੁਸੀਂ ਉਹਨਾਂ ਨੂੰ ਦੱਸਿਆ ਸੀ ਵੀ ਮੈਂ ਚੱਕਰ ਖਾ ਕੇ ਡਿੱਗ ਗਈ, ਹੈ ਉਹਨਾਂ ਨੂੰ ਮੇਰੀ ਕੋਈ ਫਿਕਰ। ਚੱਲ ਕੋਈ ਨੀ, ਇੰਨਾ ਨਾ ਗੁੱਸਾ ਕਰਿਆ ਕਰ, ਆ ਜਾਂਦਾ, ਕੋਈ ਨਾ, ਆਰਾਮ ਕਰ। ਪਾਣੀ ਲਿਆ ਕੇ ਦੇਵਾਂ ਤੈਨੂੰ? ਨਹੀਂ ਮੰਮੀ। ਚੱਲ ਕੋਈ ਨੀ, ਆਜੂਗਾ। ਕਿਹੜਾ ਵੇਲਾ ਹੋ ਗਿਆ, ਆਪ ਨੂੰ ਨੀ ਪਤਾ ਲੱਗਦਾ ਉਹਨਾਂ ਨੂੰ। ਪਹੁੰਚ ਹੀ ਗਏ ਘਰੇ ਅੱਜ। ਕੋਈ ਦੇਖਦਾ ਹੀ ਨੀ ਅੱਜ। ਬੇਬੇ, ਓ ਬੇਬੇ, ਕੀ ਹੋਇਆ ਜੀ, ਠੀਕ ਹੋ ਤੁਸੀਂ? ਠੀਕ ਆ ਮੈਂ, ਮੈਨੂੰ ਕੀ ਹੋਇਆ? ਹੈ, ਸ਼ਰਾਬ ਪੀਤੀ ਹੈ ਤੁਸੀਂ? ਹਾਂ ਪੀਤੀ ਆ, ਫਿਰ ਕੀ ਹੋ ਗਿਆ? ਹਾਂ ਕੀ ਮਤਲਬ ਹੋਇਆ ਜੀ, ਤੁਹਾਡਾ ਗੱਲ ਕਰਨ ਦਾ ਤਰੀਕਾ ਦੇਖਿਆ? ਕੀ ਹੋ ਗਿਆ ਤਰੀਕੇ ਨੂੰ, ਬੰਦੇ ਹੀ ਪੀਂਦੇ ਹੁੰਦੇ ਆ ਸ਼ਰਾਬ, ਫਿਰ ਕੀ ਦੱਸ ਗੋਲੀ ਵੱਜ ਗਈ? ਪਰ ਜੀ ਪਹਿਲੇ ਤਾਂ ਕਦੇ ਦੱਸਿਆ ਨੀ ਵੀ ਤੁਸੀਂ ਸ਼ਰਾਬ ਵੀ ਪੀਂਦੇ ਹੋ। ਪੀਨਾ ਮੈਂ ਸ਼ਰਾਬ? ਬੇਬੇ ਨੂੰ ਪਤਾ, ਤੈਨੂੰ ਵੀ ਪਤਾ ਲੱਗ ਗਿਆ, ਮੇਰੀ ਗੱਲ ਸੁਣ ਲੈ, ਮੈਨੂੰ ਤੇ ਇਸਨੂੰ ਹਟ ਗਿਆ, ਹੈਂ, ਕੁਛ ਦੇਖਦਾ ਨੀ ਪਿਆ, ਤੇ ਬੇਬੇ ਨੂੰ ਸੱਦ ਲੈ। ਬੇਬੇ, ਮੰਮੀ ਜੀ, ਬੇਬੇ, ਮੰਮੀ ਜੀ, ਧਿਆਨ ਨਾਲ ਜੀ। ਸੁਰਤ ਕਿਹੜਾ ਇਹਨੂੰ ਹੈਗੀ ਆਪਦੇ ਆਪ ਦੀ, ਪੀਣ ਵੇਲੇ ਨਹੀਂ ਦੇਖਦਾ ਵੀ ਮੈਂ ਘਰੇ ਕਿਵੇਂ ਪਹੁੰਚੂਗਾ, ਉਦੋਂ ਘੱਟ ਪੀ ਲਿਆ ਕਰ। ਚੱਲ ਪੈ ਇੱਥੇ ਧਿਆਨ ਨਾਲ, ਮੈਂ ਮਰ ਜਾ। ਹਲਾ ਪੁੱਤੇ ਦੀ ਬੂਟਾ, ਲੈ ਦੱਸ ਇਹਨੂੰ ਹੁਣ ਮੈਂ ਕੀ ਕਹਾਂ, ਇਹਨੂੰ ਤਾਂ ਆਪਦੇ ਆਪ ਦੀ ਸੁਰਤ ਹੈ ਨਹੀਂ ਗੀ। ਆਕਾਸ਼ ਪੁੱਤ ਠੀਕ ਤਾਂ ਹੋ ਕੇ ਪੈ ਜਾ। ਮੰਮੀ ਜੀ ਸੱਚੀ ਇਹਨਾਂ ਨੂੰ ਸੁਰਤ ਨਹੀਂ ਹੈਗੀ। ਪੁੱਤ ਅੱਗੇ ਤਾਂ ਕਾਹਨੂੰ ਇਹਨੇ ਕਦੇ ਪੀਤੀ ਹੈਗੀ, ਆਹ ਤਾਂ ਹੁਣ ਵਿਆਹ ਸ਼ਾਦੀ ਜਦੋਂ ਆ ਜਾਂਦਾ, ਤੈਨੂੰ ਪਤਾ ਦੋਸਤ ਵੀ ਅੱਜ ਕੱਲ੍ਹ ਇਹੋ ਜਿਹਾ, ਅਗਲਾ ਮੱਲੋ ਮੱਲੀ ਪਿਆ ਦਿੰਦਾ। ਚੱਲ ਕੋਈ ਨਹੀਂ, ਹੁਣ ਤਾਂ ਇਹਦੇ ਨਾਲ ਕੀ ਗੱਲ ਕਰਾਂ, ਜਦੋਂ ਇਹਦੀ ਦਾਰੂ ਉੱਤਰ ਗਈ ਸਵੇਰੇ ਫਿਰ ਗੱਲ ਕਰਦੇ ਆਪਾਂ। ਤੂੰ ਇੱਕ ਮਿੰਟ ਮੇਰੀ ਗੱਲ ਸੁਣਤੀ ਇੱਧਰ ਆ ਕੇ। ਪੁੱਤ ਮੈਂ ਤਾਂ ਤੈਨੂੰ ਇਹ ਕਹਿੰਦੀ ਹਾਂ ਵੀ ਤੈਨੂੰ ਮਾੜਾ ਮੁੱਠਾ ਕਿਹਾ ਕਰ, ਹਾਂ ਰੋਜ਼ ਪੀ ਕੇ ਆਉਂਦਾ ਚੰਗਾ ਲੱਗਦਾ। ਮੰਮੀ ਜੀ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਇਹ ਸ਼ਰਾਬ ਪੀਂਦੇ ਨੇ, ਮੈਂ ਤਾਂ ਅੱਜ ਪਹਿਲੀ ਵਾਰੀ ਦੇਖਿਆ। ਤਾਂ ਹੀ ਤਾਂ ਤੈਨੂੰ ਕਹਿਣੀ ਆ, ਜੇ ਹੁਣੇ ਤੋਂ ਰੋਕੇਗੀ ਫੇਰ ਹੀ ਰੁਕੂਗਾ ਇਹ। ਜਦੋਂ ਤੁਹਾਡੇ ਰੋਕੇ ਤੇ ਨਹੀਂ ਰੁਕੇ ਹੈਗੇ ਤਾਂ ਮੇਰੇ ਕਹੇ ਤੇ ਕਿੱਥੋਂ ਰੁਕ ਜਾਣਗੇ? ਪੁੱਤ ਜੇ ਤੂੰ ਨਹੀਂ ਕਹੇਗੀ ਹੋਰ ਇਹਨੂੰ ਭਲਾ ਕੌਣ ਕਹੂ? ਨਾਲੇ ਮੇਰੀ ਗੱਲ ਸੁਣ,
ਤੇਰਾ ਪੂਰਾ ਹੱਕ ਬਣਦਾ ਹੈਗਾ, ਇਹਨੂੰ ਹੁਣੇ ਤੋਂ ਵਰਜ ਲਾ। ਨਾਲੇ ਮੇਰੀ ਗੱਲ ਪੁੱਤ ਹੋਰ ਹੈ, ਮਾਵਾਂ ਤੋਂ ਉਹਨਾਂ ਨਹੀਂ ਜਵਾਕਾਂ ਨੂੰ ਕਿਹਾ ਜਾਂਦਾ ਹੁੰਦਾ, ਤੇਰੇ ਤੋਂ ਤਾਂ ਇਹਨੂੰ ਘਰ ਦਾ ਵਾਰਸ ਚਾਹੀਦਾ, ਤੇਰੀ ਗੱਲ ਨਹੀਂ ਮੋੜਦਾ। ਕੋਈ ਨਾ ਮੰਮੀ, ਮੈਂ ਇੱਕ ਵਾਰੀ ਜ਼ਰੂਰ ਕੋਸ਼ਿਸ਼ ਕਰਾਂਗੀ ਵੀ ਦਾਰੂ ਨਾ ਪੀਆ ਕਰੋ। ਹਾਂ ਪੁੱਤ, ਇਹਦੇ 'ਚ ਤੇਰੀ ਅਤੇ ਮੇਰੀ ਦੋਨਾਂ ਦੀ ਭਲਾਈ ਹੈ। ਨਹੀਂ ਤੈਨੂੰ ਪਤਾ, ਜਦੋਂ ਬੰਦੇ ਰੋਜ਼ ਦੀ ਸ਼ਰਾਬ ਪੀਣ ਲੱਗ ਜਾਣ ਨਾ, ਤਾਂ ਫਿਰ ਹੌਲੀ ਹੌਲੀ ਕੁੱਟਾਂਮਾਰਾਂ 'ਤੇ ਵੀ ਆ ਜਾਂਦੇ ਆ, ਫਿਰ ਤੂੰ ਹੀ ਔਖੀ ਹੋਵੇਂਗੀ। ਨਾ ਨਾ ਮੰਮੀ, ਮੈਂ ਔਖੀ ਨਹੀਂ ਹੋਣਾ ਚਾਹੁੰਦੀ। ਕੋਈ ਨਾ, ਜਦੋਂ ਇਹ ਸਵੇਰੇ ਉੱਠੇ ਨਾ, ਉਦੋਂ ਮੈਂ ਇਹਨਾਂ ਨੂੰ ਸਮਝਾਵਾਂਗੀ। ਬਸ ਚੰਗੀ ਤਰ੍ਹਾਂ ਸਮਝਾ ਦੀ ਪੁੱਤ, ਅਤੇ ਹੁਣ ਬਹੁਤ ਕਵੇਲਾ ਹੋ ਗਿਆ, ਤੂੰ ਵੀ ਸੌਂ ਜਾ ਕੇ। ਠੀਕ ਹੈ ਮੰਮੀ। ਮੈਨੂੰ ਲੱਗਦਾ ਇਹ ਆਪਦੇ ਵਾਸਤੇ ਚ ਕਰ ਹੀ ਲਊਗੀ ਆਕਾਸ਼ ਨੂੰ। ਮੰਮਾ ਮੈਂ ਛੱਲੜੀ ਆਂਦਾ। ਕੋਈ ਨਾ ਪੁੱਤ, ਤੂੰ ਆ ਚੁੰਨੀ ਲੈ ਲਾ ਤੇ ਨਾ ਸੌਂ ਜਾ, ਸਵੇਰੇ ਤੋਂ ਸਕੂਲ ਵੀ ਜਾਣਾ। ਮੰਮੀ ਆਪਾਂ ਇੱਥੇ ਕਿਉਂ ਪਏ? ਆਪਾਂ ਆਪਣੇ ਕਮਰੇ 'ਚ ਕਿਉਂ ਨਹੀਂ ਪੈਂਦੇ? ਉੱਥੇ ਜਮਾਂ ਮੱਛਰ ਨਹੀਂ ਲੜਦਾ ਸੀ। ਕੋਈ ਨਾ ਪੁੱਤ, ਇਹ ਕਮਰਾ ਵੀ ਬਹੁਤ ਸੋਹਣਾ, ਨਾਲੇ ਆਪਾਂ ਨਾ ਇੱਥੇ ਹੀ ਪਿਆ ਕਰਾਂਗੇ। ਤੂੰ ਨਾ ਐਵੇਂ ਟੈਨਸ਼ਨ ਨਾ ਲੈ ਅਤੇ ਸੌਂ ਜਾ, ਸਵੇਰੇ ਜਲਦੀ ਵੀ ਉੱਠਣਾ ਤੂੰ। ਮੰਮਾ ਮੈਂ ਨਹੀਂ ਜਾਂਦਾ, ਮੈਂ ਤਾਂ ਉਸ ਕਮਰੇ 'ਚ ਹੀ ਜਾਣਾ। ਸਰਗੁਣ ਜਿੱਦ ਨਾ ਕਰਿਆ ਕਰ ਤੂੰ ਪੁੱਤ, ਸੌਂ ਜਾ, ਗੱਲ ਮੰਨ ਲਿਆ ਕਰ ਮੇਰੀ। ਨਹੀਂ ਲੜਦਾ ਮੱਛਰ, ਲੈ ਮੈਂ ਚੁੰਨੀ ਦੇ ਦਿੰਦੀ ਤੇਰੇ ਉੱਤੇ। ਮੰਮਾ ਮੈਨੂੰ ਨਹੀਂ ਪਤਾ, ਦੱਸ ਮੈਨੂੰ, ਡੈਡੀ ਆਪਾਂ ਨੂੰ ਪਿਆਰ ਨਹੀਂ ਕਰਦੇ? ਕਿਉਂ ਪੁੱਤ, ਪਿਆਰ ਕਿਉਂ ਨਹੀਂ ਕਰਦੇ? ਵਾਧੂ ਪਿਆਰ ਕਰਦੇ ਆ, ਨਾਲ ਤੇਰੇ ਮਨ 'ਚ ਇਹ ਗੱਲਾਂ ਕਿੱਥੋਂ ਆਈਆਂ? ਮੰਮਾ ਪਹਿਲਾਂ ਡੈਡੀ ਮੈਨੂੰ ਕਿੰਨੀਆਂ ਚੀਜ਼ਾਂ ਲਿਆ ਕੇ ਦਿੰਦਾ ਸੀ, ਹੁਣ ਕਿਉਂ ਨਹੀਂ ਲਿਆ ਕੇ ਦਿੰਦਾ? ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਪੁੱਤ, ਤੇ ਡੈਡੀ ਨੂੰ ਨਾ ਕੰਮ ਵਾਲੇ ਹੁੰਦੇ ਆ, ਭੁੱਲ ਜਾਂਦਾ। ਕੋਈ ਗੱਲ ਨਹੀਂ, ਕੱਲ੍ਹ ਨੂੰ ਮੈਂ ਤੇਰੇ ਡੈਡੀ ਨੂੰ ਕਹਿ ਦੂੰਗੀ ਤੇਰੇ ਸਕੂਲੇ ਆਉਣ ਤੋਂ ਪਹਿਲਾਂ ਤੈਨੂੰ ਚੀਜ਼ੀ ਲਿਆ ਦੂੰਗਾ। ਚੰਗਾ, ਹੁਣ ਨਾ ਤੂੰ ਸੌਂ ਜਾ, ਜੇ ਹੁਣ ਨਾ ਸੁੱਤੀ ਆ ਤੇ ਸਵੇਰੇ ਤੇਰੀ ਮੈਡਮ ਨੂੰ ਫੋਨ ਲਾਊਂਗੀ ਸਕੂਲ ਵਾਲੀ ਨੂੰ। ਸੌਂ ਜਾ ਹੁਣ। ਹੁਣ ਮੈਂ ਜਵਾਕੜੀ ਨੂੰ ਕੀ ਦੱਸਾਂ ਵੀ ਇਹਦੇ ਪਿਓ ਨੇ ਦੂਜਾ ਵਿਆਹ ਕਰਵਾ ਲਿਆ। ਹੁਣ ਇਸ ਘਰੇ ਆਪਣੀ ਕੋਈ ਕਦਰ ਨਹੀਂ, ਕੋਈ ਆਪਾਂ ਨੂੰ ਪਿਆਰ ਨਹੀਂ ਕਰਦਾ। ਸਾਰਿਆਂ ਨੂੰ ਬਸ ਵਾਰਿਸ ਦੀ ਭੁੱਖਾ, ਮੁੰਡਾ ਚਾਹੀਦਾ। ਜਦੋਂ ਕਿਹਾ ਤੇ ਤੂੰ ਮੈਨੂੰ ਵਾਰ ਵਾਰ ਫੋਨ ਨਾ ਲਾ। ਤੈਨੂੰ ਆਪ ਫੋਨ ਕਰਾਂਗੀ, ਤੂੰ ਕਿਉਂ ਸਮਝਾਉਂਦੀ? ਮੇਰੀ ਗੱਲ ਸੁਣ, ਜਿੱਥੇ ਮੈਂ ਤੈਨੂੰ ਬੁਲਾਇਆ ਨਾ, ਤੂੰ ਉੱਥੇ ਆ ਜਾ। ਕਿੱਥੇ ਰਹਿ ਗਈ? ਕਿਤੇ ਹੋਰ ਤਾਂ ਨਹੀਂ ਪੰਗਾ ਪੈ ਗਿਆ ਕੋਈ? ਮੈਸੇਜ ਵੀ ਨਹੀਂ ਰਿਪਲਾਈ ਕਰ ਰਹੀ। ਕਿਵੇਂ ਰਾਜ? ਹਾਏ, ਕਿਵੇਂ ਹੋ? ਠੀਕ ਆ। ਕਿੱਧਰ ਰਹਿ ਗਏ ਸੀ? ਕਿੱਧਰ ਕੀ, ਬੜੀ ਔਖੀ ਤਰ੍ਹਾਂ ਆਈ ਹਾਂ ਮੈਂ। ਮੇਰੇ ਘਰ ਵਾਲਾ ਨਾ ਦਾਰੂ ਨਾਲ ਡੱਕਿਆ ਫਿਰਦਾ ਸੀ, ਅੱਖ ਬਚਾ ਕੇ ਆਈ ਹਾਂ ਮੈਂ।
ਕਿਸਨੂੰ ਕੁਛ ਪਤਾ ਨਹੀਂ ਲੱਗਣਾ ਹੈਗਾ। ਘਰ ਵਾਲੇ ਦੀ ਗੱਲ ਤਾਂ ਬਾਅਦ ਚ ਕਰੀ ਮੇਰੇ ਨਾ, ਪਹਿਲਾਂ ਤੂੰ ਮੇਰੇ ਨਾਲ ਚੰਗੀ ਕੀਤੀ ਹੈ। ਮੈਨੂੰ ਐਂ ਦੱਸ ਤੂੰ ਵਿਆਹ ਕਿੱਦਾਂ ਕਰਾ ਲਿਆ? ਮੈਨੂੰ ਬਿਨਾਂ ਦੱਸੇ ਪੁੱਛੇ ਉਹ ਤਾਂ ਕਹਿੰਦੀ ਹੁੰਦੀ ਸੀ ਮੈਂ ਤੇਰੇ ਤੋਂ ਜਾਨ ਬਾਰ ਦੂੰਗੀ, ਮੈਂ ਤੇਰੀਆਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਰਾਜ। ਰਾਜ ਤੁਹਾਨੂੰ ਪਤਾ ਚੰਗੀ ਤਰ੍ਹਾਂ ਕਿ ਮੈਂ ਤੁਹਾਨੂੰ ਹੀ ਪਿਆਰ ਕਰਦੀ ਹਾਂ। ਬਸ ਛੇ ਛੇਤੀ ਮੇਰਾ ਰਿਸ਼ਤਾ ਕਰਾ ਤਾ, ਉਸ ਤੋਂ ਬਾਅਦ ਵਿਆਹ ਕਰਾ ਤਾ। ਉਹ ਯਾਰ ਬੁਲਬੁਲ, ਇਹ ਤਾਂ ਸਾਰੀਆਂ ਕਹਿੰਦੀਆਂ ਗੱਲਾਂ ਹੁੰਦੀਆਂ ਨੇ। ਰਾਜ ਇਹ ਸਭ ਕੁਛ ਮੈਂ ਜਾਣ ਕੇ ਨਹੀਂ ਕਰਿਆ, ਬਸ ਘਰਦਿਆਂ ਨੇ ਧੱਕਾ ਕਰਿਆ ਤੇ ਵਿਆਹ ਇੱਥੇ ਕਰਤਾ। ਮੇਰੀ ਵੀ ਮਜਬੂਰੀ ਸੀ ਰਾਜ, ਤੈਨੂੰ ਮੇਰੇ ਪਿਆਰ ਤੇ ਸ਼ੱਕ ਹੈ ਹਜੇ ਵੀ? ਉਹ ਨਹੀਂ, ਪਿਆਰ ਤੇ ਤਾਂ ਸ਼ੱਕ ਹੈਗਾ ਹੀ ਹੈਗਾ, ਜਦੋਂ ਤੂੰ ਮੈਨੂੰ ਦੱਸੇ ਪੁੱਛੇ ਬਿਨਾਂ ਵਿਆਹ ਕਰਾ ਲਿਆ। ਮੈਨੂੰ ਐਂ ਦੱਸ, ਚੱਲ ਉਹ ਤਾਂ ਛੱਡ ਦੇ ਸਾਰੀਆਂ ਗੱਲਾਂ, ਇੱਥੇ ਕਾਹਦੇ ਵਾਸਤੇ ਬੁਲਾਇਆ? ਦੱਸਦੀ ਹਾਂ, ਸਬਰ ਤਾਂ ਰੱਖੋ। ਇਹ ਤਾਂ ਡਰਾਮੇ ਆ ਯਾਰ, ਫਾਲਤੂ ਕੀ ਆ ਇਹ? ਯਾਰ ਤੁਹਾਨੂੰ ਖੁਸ਼ੀ ਨਹੀਂ ਹੋਈ? ਰਾਣੀ ਹਾਰ ਹੈ ਮੇਰਾ। ਰਾਣੀ ਹਾਰ ਤਾਂ ਤੂੰ ਵੀ ਸੀਗਾ ਮੇਰਾ। ਇਹ ਮੈਂ ਤੁਹਾਡੇ ਲਈ ਲਿਆਈ ਆ। ਓ ਯਾਰ ਇਹ ਮੈਂ ਕੀ ਕਰਨਾ ਜਦੋਂ ਤੂੰ ਹੈ ਨਹੀਂ ਮੇਰੇ ਕੋਲ? ਦੱਸ ਪਾਗਲ ਹੋ ਗਈ ਤੂੰ? ਨਹੀਂ ਇਹ ਕਾਹਦੇ ਵਾਸਤੇ, ਕੀ ਕਰਾਂ ਇਹਦਾ ਮੈਂ? ਮੈਂ ਦੱਸਦੀ ਆ ਤੁਹਾਨੂੰ, ਵਿਆਹ ਤੋਂ ਪਹਿਲਾਂ ਮੈਂ ਇਹ ਸੋਚਿਆ ਸੀ ਵੀ ਜਿੱਥੇ ਵੀ ਮੇਰਾ ਵਿਆਹ ਹੋਏਗਾ ਸਾਰਾ ਸੋਨਾ ਲਿਆ ਕੇ ਨਾ ਮੈਂ ਤੁਹਾਨੂੰ ਦੇ ਦਾਂਗੀ, ਪਰ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਇਹ ਤਾਂ ਬਹੁਤ ਵੱਡੇ ਸਰਦਾਰ ਵੱਜਦੇ ਨੇ, ਇਹਨਾਂ ਨੂੰ ਸੋਨੇ ਨਾਲ ਕੋਈ ਫਰਕ ਨਹੀਂ ਪੈਂਦਾ। ਓਹੋ ਬਾਲੀ ਪੂਣੀਆਂ, ਤੂੰ ਤੈਨੂੰ ਐ ਨਹੀਂ ਪਤਾ ਤੇਰੇ ਤੋਂ ਬਣਾ ਮੈਂ ਇਹਨੂੰ ਕੀ ਕਰਨਾ? ਦੱਸ ਤੁਸੀਂ ਇਹਨੂੰ ਸਾਂਭ ਕੇ ਰੱਖੋ, ਠੀਕ ਹੈ? ਇਹਨੂੰ ਵੇਚ ਕੇ ਨਾ ਆਪਣੇ ਕੋਲ ਪੈਸੇ ਰੱਖੋ ਸੇਵਿੰਗ 'ਚ, ਇਨ ਫਿਊਚਰ ਤੁਹਾਡੇ ਕੰਮ ਆਉਣਗੇ, ਤੁਹਾਡਾ ਫਿਊਚਰ ਬਣੂਗਾ। ਉਹ ਜਦੋਂ ਯਾਰ ਮੇਰਾ ਫਿਊਚਰ ਤੂੰ ਸੀਗਾ, ਤੂੰ ਮੇਰੇ ਕੋਲ ਹੈ ਨਹੀਂ ਤਾਂ ਮੈਂ ਕੀ ਕਰ ਸਕਦਾ? ਇਹਦਾ ਮੈਂ ਕੀ ਕਰਨਾ ਦੱਸ, ਇੱਥੋਂ ਥੱਲੇ ਫੈਂਕ ਦੇਣਾ ਇਹਦਾ, ਉਹ ਤਾਂ ਹੱਲ ਨਹੀਂ ਕੋਈ। ਰਾਜ ਕੀ ਗੱਲਾਂ ਨੇ ਇਹ? ਮੈਂ ਔਖੇ ਵੇਲੇ ਤੁਹਾਡੇ ਨਾਲ ਖੜੀ ਹਾਂ, ਤਾਂ ਵੀ ਤੁਹਾਨੂੰ ਐਂ ਲੱਗਦਾ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦੀ? ਓਏ ਐਂ ਨਹੀਂ ਹੁੰਦਾ ਹੁੰਦਾ, ਪਤਾ ਕੀ ਆ ਚੱਕਰ, ਇਹ ਪੈਸੇ ਨਾਲ ਥੋੜ੍ਹਾ ਹੁਣ ਮੇਰੀਆਂ ਖੁਸ਼ੀਆਂ ਖਰੀਦ ਸਕਦੀ ਆ ਤੂੰ। ਆਪਦੇ ਕੋਲ ਪੈਸੇ ਸੇਵਿੰਗ ਰੱਖੋ, ਮੈਂ ਤੁਹਾਡੀ ਹਾਂ ਤੇ ਇੱਥੋਂ ਮੈਂ ਭੱਜ ਕੇ ਤੁਹਾਡੇ ਕੋਲ ਆ ਜਾਵਾਂਗੀ। ਬਸ ਤੁਸੀਂ ਨਾ ਸਬਰ ਰੱਖੋ ਤੇ ਹੌਲੀ ਹੌਲੀ ਦੇਖੋ ਬਣਦਾ ਕੀ ਹੈ, ਮੇਰਾ ਪਲਾਨ ਦੇਖਿਓ ਅੱਗੇ ਕੀ ਹੁੰਦਾ। ਨਹੀਂ ਤੁਹਾਡਾ ਪਲਾਨ ਤਾਂ ਜਿਹੜਾ ਬੰਦਾ ਬੰਦਾ, ਵਿਆਹ ਤੋਂ ਪਹਿਲਾਂ ਤਾਂ ਇਹ ਗੱਲਾਂ ਹੁੰਦੀਆਂ ਹੁੰਦੀਆਂ ਸੋਹਣੀਆਂ ਲੱਗਦੀਆਂ ਸੀਗੀਆਂ ਉਦੋਂ ਤੁਸੀਂ ਕੀਤੀਆਂ, ਮੈਂ ਤੁਹਾਡੀਆਂ ਗੱਲਾਂ 'ਚ ਆ ਗਿਆ। ਅੱਛਾ ਗੱਲਾਂ 'ਚ ਆ ਗਏ? ਤੇ ਹੋਰ ਗੱਲਾਂ 'ਚ ਆ ਗਿਆ ਮੈਂ, ਤੁਸੀਂ ਵਿਆਹ ਕਰਾ ਲਿਆ ਮੈਨੂੰ ਬਿਨਾਂ ਦੱਸੇ ਪੁੱਛੇ, ਹੁਣ ਮੇਰੇ ਕੋਲ ਤਾਂ ਇੱਕੋ ਹੀ ਰਸਤਾ ਬਚਦਾ, ਬਸ ਉਹ ਤੈਨੂੰ ਵੀ ਪਤਾ ਹੁਣ ਕੀ। ਉਹ ਤਾਂ ਮੌਤ ਹੀ ਆ, ਉਹ ਤਾਂ ਹੱਲ ਨਹੀਂ। ਐਵੇਂ ਕਿਉਂ ਬੋਲਦੇ ਹੋ? ਸੌਰੀ, ਮੇਰੀ ਮਜਬੂਰੀ ਸੀਗੀ, ਮੈਂ ਤੁਹਾਨੂੰ ਹੁਣ ਕਿਵੇਂ ਸਮਝਾਵਾਂ? ਹੁਣ ਤੁਸੀਂ ਨਾ ਜਾਓ, ਬਾਕੀ ਗੱਲਾਂ ਆਪਾਂ ਫੋਨ ਤੇ ਕਰਦੇ ਆਂ, ਜੇ ਉੱਠ ਗਏ ਨਾ ਬਹੁਤ ਵੱਡੀ ਮੁਸੀਬਤ ਹੋ ਜੂ। ਹੁਣ ਤਾਂ ਮੈਂ ਖੜਾ, ਜਿਹੜਾ ਮਰਜ਼ੀ ਉੱਠ ਖੜੇ, ਹੁਣ ਤਾਂ ਸਿਕੰਦਰ ਆ ਜੇ ਚਾਹੇ ਦੁਨੀਆ। ਬਸ ਕਰੋ ਜੀ, ਠੀਕ ਹੈ? ਹਜੇ ਵੀ ਮੈਂ ਤੁਹਾਨੂੰ ਹੋਰ ਕੁਝ ਸੋਨਾ ਦੇਣਾ ਆ, ਠੀਕ ਹੈ? ਮੈਨੂੰ ਡਰ ਲੱਗੀ ਜਾਂਦਾ, ਤੁਸੀਂ ਜਾਓ। ਚੱਲ ਠੀਕ ਹੈ, ਮੰਨਦਾ ਤੇਰੀ ਗੱਲ ਮੈਂ, ਜੇ ਤੂੰ ਕਹਿਣੀ ਆ ਵੀ ਰਾਣੀ ਹਰ ਤੈਨੂੰ ਦੇਤਾ, ਇਸ ਤੋਂ ਬਾਅਦ ਇਹਨਾਂ ਨੂੰ ਕਬਜ਼ੇ 'ਚ ਕਰਨਾ ਤੂੰ, ਇਹ ਤੇਰੇ ਹੱਥ ਬਸ ਆ। ਇਹਨਾਂ ਕੋਲ ਪ੍ਰੋਪਰਟੀ ਇੰਨੀ ਆ, ਜ਼ਮੀਨ ਇੰਨੀ ਆ, ਆਪਦੇ ਆਪ ਕਹਾਉਂਦੇ ਨਾ ਇਹ, ਤੇਰਾ ਵੀ ਤਕੜੇ ਘਰੇ ਵਿਆਹ ਕੀਤਾ, ਜੱਦੀ ਪੁਸ਼ਤੀ ਸਰਦਾਰ ਹੈ ਇਹਦੀ। ਤੁਹਾਨੂੰ ਪਤਾ ਹੀ ਹੈ ਮੈਂ ਬਹੁਤ ਚਲਾਕ ਹਾਂ, ਕੀ ਤੋਂ ਕੀ ਕਰ ਸਕਦੀ ਹਾਂ। ਬਸ ਹੁਣ ਤੁਸੀਂ ਮੇਰੇ ਤੇ ਛੱਡ ਦਿਓ, ਅੱਗੇ ਅੱਗੇ ਦੇਖਿਓ ਬਣਦਾ ਕੀ ਹੈ, ਜਿਵੇਂ ਜਿਵੇਂ ਮੈਂ ਕਹੀ ਆਉਂਗੀ ਉਵੇਂ ਉਵੇਂ ਕਰੀ ਜਾਈਓ। ਬਸ ਠੀਕ ਆ, ਇਹ ਤਾਂ ਮੈਨੂੰ ਪਤਾ ਤੇਰੀ ਚਲਾਕੀ ਦਾ ਤਾਂ ਕਿੱਥੋਂ ਤੱਕ, ਇਹ ਨਹੀਂ ਜਾ ਸਕਦੇ ਉੱਥੋਂ ਤੱਕ, ਤੇਰੀ ਗੱਲ ਨਹੀਂ ਫੜ ਸਕਦਾ ਕੋਈ ਜਿੱਥੋਂ ਤੱਕ ਮੈਂ ਫੜ ਗਿਆ। ਚਲੋ ਠੀਕ ਹੈ ਜੀ, ਬਹੁਤੀ ਗੱਲਾਂ ਨਾ ਕਰੋ, ਹੁਣ ਤੁਸੀਂ ਜਾਓ, ਠੀਕ ਹੈ? ਮੈਂ ਤੁਹਾਨੂੰ ਇੱਕ ਕਲਾਸ ਦੱਸਦਾ, ਸਾਰਾ ਕੁਝ ਕਬਜ਼ੇ 'ਚ ਹੋਣਾ ਚਾਹੀਦਾ, ਇਸ ਤੋਂ ਬਾਅਦ ਇਕੱਲੇ ਹੈਰਾਨੀ ਹਾਰ ਨਾਲ ਨਹੀਂ ਕੰਮ ਚੱਲਣਾ। ਠੀਕ ਹੈ ਜੀ, ਠੀਕ ਹੈ, ਜਾਓ ਹੁਣ ਤੁਸੀਂ। ਪਤਾ ਕਿਹੜਾ ਜਾਲ ਵਿਛਾਉਣਾ ਤੁਸੀਂ? ਕਿਹੜਾ? ਜਿਹੜਾ ਮਗਰਮੱਛ ਪਕੜਨ ਵੇਲੇ ਪਾਉਣੇ ਹੁੰਦੇ ਆ। ਠੀਕ ਹੈ ਜੀ, ਓਕੇ, ਚੱਲ ਠੀਕ, ਜਾਓ ਹੁਣ, ਗੁੱਡ ਨਾਈਟ। ਠੀਕ ਹੈ, ਤੇ ਮੇਰੀ ਗੱਲ ਸੁਣੋ, ਧਿਆਨ ਨਾਲ ਉਤਰਿਓ, ਠੀਕ ਹੈ? ਸੱਟ ਫੇਟ ਨਾ ਖਾ ਲਿਓ, ਮੈਂ ਸਵੇਰੇ ਉੱਠ ਕੇ ਨਾ ਪੌੜੀ ਖਿੱਚ ਲਾਂਗੀ। ਕੋਈ ਨਾ ਕੋਈ ਨਾ, ਤੁਸੀਂ ਆਪਣਾ ਧਿਆਨ ਰੱਖਿਓ। ਬਾਏ।